ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਵਾਲੀ ਗੱਲ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਖਾਲਸੇ ਦੀ ਪ੍ਰਗਟ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਰਦਾਰ ਐਸ ਪੀ ਸਿੰਘ ਉਬਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਸੰਨੀ ਉਬਰਾਏ ਵਿਵੇਕ ਸਦਨ ਦਾ ਜਿਹੜੀ ਹੈ ਆਰੰਭਤਾ ਕੀਤੀ ਗਈ ਹੈ। ਸਰਦਾਰ ਐਸ ਪੀ ਸਿੰਘ ਉਬਰਾਏ ਹੁਰਾਂ ਵੱਲੋਂ ਸਮਾਜਿਕ ਧਾਰਮਿਕ ਖੇਤਰ ਦੇ ਵਿੱਚ ਵੱਡੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਪੰਜਾਬੀ ਦੇ ਨਾਲ, ਹਰ ਸਿੱਖ ਦੇ ਨਾਲ ਉਬਰਾਏ ਸਾਹਿਬ ਖੜ੍ਹਦੇ ਨੇ। ਜਦੋਂ ਵੀ ਕਿਤੇ ਕੋਈ ਮੁਸ਼ਕਲ ਆਵੇ ਜਾਂ ਕਿਸੇ ਨੂੰ ਕੋਈ ਲੋੜ ਪਵੇ, ਇਹ ਉਹਨਾਂ ਦੇ ਨਾਲ ਖੜ੍ਹਦੇ ਨੇ। ਵੱਡੀਆਂ ਸੇਵਾਵਾਂ ਨੇ ਇਹਨਾਂ ਦੀਆਂ ਪੰਥ ਦੇ ਵਿੱਚ। ਪੰਥ ਦਾ ਪ੍ਰਚਾਰ ਪ੍ਰਸਾਰ ਵੀ ਬੜੇ ਜ਼ੋਰਾਂ ਦੇ ਨਾਲ ਕਰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਉੱਥੇ ਹੀ ਅੱਜ ਸੰਨੀ ਉਬਰਾਏ ਵਿਵੇਕ ਸਦਨ ਦਾ ਜਿਹੜਾ ਉਦਘਾਟਨ ਹੈ, ਇਹ ਇਹਨਾਂ ਵੱਲੋਂ ਕੀਤਾ ਗਿਆ ਹੈ। ਔਰ ਇਸ ਸਦਨ ਦੇ ਵਿੱਚ ਲੋੜਵੰਦ ਬੱਚਿਆਂ ਵਾਸਤੇ ਔਰ ਬਜ਼ੁਰਗਾਂ ਵਾਸਤੇ, ਗ੍ਰੰਥੀ ਸਿੰਘਾਂ ਵਾਸਤੇ, ਕਵੀਆਂ ਵਾਸਤੇ, ਇਹ ਜਿਹੜਾ ਸਾਰਾ ਕੁਝ ਹੈ ਫਰੀ ਇਹਨਾਂ ਵੱਲੋਂ ਕੀਤਾ ਜਾਵੇਗਾ। ਔਰ ਇਸੇ ਇੱਥੇ ਹੀ ਕੀਰਤਨ ਦੀ ਸਿਖਲਾਈ ਵੀ ਬੱਚਿਆਂ ਨੂੰ, ਗੁਰਬਾਣੀ ਦੀ ਸ਼ੁੱਧ ਸੰਥਿਆ ਵੀ ਪੜ੍ਹਾਈ ਜਾਵੇਗੀ। ਮੈਂ ਸਮੁੱਚੀ ਸਿੱਖ ਕੌਮ ਨੂੰ ਇਹ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਸ਼ੁੱਧ ਗੁਰਬਾਣੀ ਦੀ ਸੰਥਿਆ, ਕੀਰਤਨ ਦੀ ਸੰਥਿਆ ਪ੍ਰਾਪਤ ਕਰਨੀ ਹੋਵੇ, ਉਹ ਇੱਥੇ ਸੰਨੀ ਵਿਵੇਕ ਸਦਨ ਦੇ ਵਿੱਚ ਇਹ ਸੰਪਰਕ ਕਰ ਸਕਦੇ ਨੇ। ਔਰ ਇਸ ਦੀ ਆਰੰਭਤਾ 'ਤੇ ਦਾਸ ਸਰਦਾਰ ਐਸ ਪੀ ਸਿੰਘ ਉਬਰਾਏ ਔਰ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਵੀ ਦਿੰਦਾ ਹੈ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਵੀ ਕਰਦਾ ਹੈ ਕਿ ਜੋ ਮਹਾਨ ਸੇਵਾਵਾਂ ਸਤਿਗੁਰ ਨੇ ਇਹਨਾਂ ਦੀ ਝੋਲੀ ਦੇ ਵਿੱਚ ਪਾਈਆਂ, ਉਹ ਇਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਕੇ, ਲੰਮੀ ਆਰੂ ਬਖਸ਼ਿਸ਼ ਕਰਕੇ ਇਹਨਾਂ ਕੋਲੋਂ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।